मैं जतेंद्र सिंह पति संदीप कौर अपने जिला फतेहगढ़ धर्मगढ़ दे रहने वाले वासी हाँ। तो साढ़े ब्याह नूं 8 साल हो चुके सी। डॉक्टर समीता दी सौफत दी असीं टीवी ते ऐड देखी, उस तो बाद असीं इन्हां कोल अपना इलाज करवाया ते सानूं छेती ही पुत्तर दी दात बख्शी। ते उस तो बाद सानूं असीं डॉक्टर समीता दा बहुत जिहड़ा धन्नवाद करदे हां। ਇਹ ਸਾਡਾ ਪੇਸ਼ੈਂਟ ਹੈ ਜੀ ਸੰਦੀਪ ਕੌਰ, ਵਾਈਫ ਆਫ ਜਤਿੰਦਰ ਸਿੰਘ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਇਹਨਾਂ ਦੇ ਵਿਆਹ ਨੂੰ 8 ਸਾਲ ਹੋ ਗਏ ਸਨ ਜੀ। ਇਹਨਾਂ ਨੇ ਬਹੁਤ ਜਗ੍ਹਾ ਤੋਂ ਆਪਣਾ ਇਲਾਜ ਕਰਵਾਇਆ ਪਰ ਇਹਨਾਂ ਨੂੰ ਕਿਤੇ ਵੀ ਸਫਲਤਾ ਪ੍ਰਾਪਤ ਨਹੀਂ ਹੋਈ। ਉਸ ਤੋਂ ਬਾਅਦ ਇਹ ਡਾਕਟਰ ਸੁਮਿਤਾ ਸੁਫਤ ਦੀ ਇਹਨਾਂ ਨੇ ਆਪਣੇ ਟੀਵੀ ਤੇ ਐਡ ਦੇਖੀ ਅਤੇ ਇਹ ਡਾਕਟਰ ਸਾਡੇ ਹਸਪੀਟਲ ਆਏ। ਇੱਥੋਂ ਆ ਕੇ ਇਹਨਾਂ ਨੇ ਆਪਣਾ ਇਲਾਜ ਸ਼ੁਰੂ ਕਰਵਾਇਆ। ਜਿਸ ਦਿਨ ਤੋਂ ਇਹਨਾਂ ਨੇ ਇਲਾਜ ਸ਼ੁਰੂ ਕਰਵਾਇਆ ਕੁਛ ਹੀ ਸਮੇਂ ਬਾਅਦ ਇਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ। ਜਿਸ ਦਿਨ ਇਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਸ ਤੋਂ ਬਾਅਦ 15 ਜੂਨ 2013 ਨੂੰ ਇਹਨਾਂ ਨੂੰ ਪਰਮਾਤਮਾ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ, ਜਿਸ ਨਾਲ ਕਿ ਇਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਰਹੇ। ਇਹਨਾਂ ਨੇ ਹੁਣ ਇਹ ਆਪਣੇ ਵੱਲੋਂ ਸਾਰੇ ਪੇਸ਼ੈਂਟਸ ਨੂੰ ਇਹ ਸੁਨੇਹਾ ਦਿੰਦੇ ਹਨ ਕਿ ਭੈਣ ਤੇ ਭਰਾਓ ਆਪਣਾ ਇਲਾਜ ਕਦੀ ਵੀ ਵਿੱਚ ਨਾ ਛੱਡਿਓ ਅਤੇ ਡਾਕਟਰ ਸੁਮਿਤਾ ਸੁਫਤ ਦੇ ਇੱਥੇ ਆ ਕੇ ਪਰਿਵਾਰ ਖੁਸ਼ੀਆਂ ਪਾਓ ਜਿਸ ਤਰ੍ਹਾਂ ਕਿ ਸਾਨੂੰ ਪਰਮਾਤਮਾ ਨੇ ਦਿੱਤੀਆਂ ਹਨ। ਤੇ ਇਹ ਸਾਰਾ ਪਰਿਵਾਰ ਸੰਦੀਪ, ਵਾਈਫ ਆਫ ਜਤਿੰਦਰ, ਇਹ ਆਪਣੇ ਦਿਲੋਂ ਡਾਕਟਰ ਸੁਮਿਤਾ ਸੋਫਤ ਤੇ ਸਾਰੇ ਸਟਾਫ ਦਾ, ਹਸਪੀਟਲ ਵਾਲਿਆਂ ਦਾ, ਸਾਰਿਆਂ ਦਾ ਆਪਣੇ ਦਿਲੋਂ ਬਹੁਤ ਧੰਨਵਾਦ ਕਰਦੇ ਹਨ ਤੇ ਇਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਡਾਕਟਰ ਸੁਮਿਤਾ ਸੋਫਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।